ਇਹ ਰੌਲਾ ਪਾਉਂਦੇ ਫਿਰਦੇ ਨੇ ਕਿ ਅੱਲਾ ਦੇ ਨਬੀ ਨੂੰ ਮਹਿਰਾਜ ਹੋਈ। ਤਾਂ ਦੋਸਤੋ ਮਸਤ ਹਰ ਗੱਲ ਜਾਣਦੇ ਹੁੰਦੇ ਨੇ, ਹਰ ਦਿਲਾਂ ਦੀ ਗੱਲ ਜਾਣਦੇ ਨੇ, ਲੇਕਿਨ ਮੂੰਹੋਂ ਕਹਿੰਦੇ ਨਹੀਂ ਹੁੰਦੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅੱਲਾ ਦੇ ਨਬੀ ਨੇ ਇਹ ਪਤਾ ਕੀਤਾ ਕਿ ਮਸਤਾਂ ਨੂੰ ਕਿੱਦਾਂ ਪਤਾ ਲੱਗ ਗਿਆ, ਤਾਂ ਦੋਸਤੋ ਉੱਥੇ ਉਹ ਮਸਤ ਇੱਕ ਮਿਸਰਾ ਕਹਿੰਦੇ ਨੇ, ਦੱਸਦੇ ਨੇ ਦੁਨੀਆ ਨੂੰ ਕੀ ਕਹਿੰਦੇ ਨੇ, ਕਹਿੰਦੇ ਜਦੋਂ ਪਿਆਰ ਸੱਜਣਾ ਨਾਲ ਪਾਇਆ, ਜਦੋਂ ਪਿਆਰ ਸੱਜਣਾ ਨਾਲ ਪਾਇਆ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਹੋ ਗਈ ਜੱਗ ਤੇ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਜਦੋਂ ਪਿਆਰ ਸੱਜਣਾ ਨਾਲ ਪਾਇਆ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਹੋ ਗਈ ਜੱਗ ਤੇ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਜਦੋਂ ਪਿਆਰ ਸੱਜਣਾ ਨਾਲ ਪਾਇਆ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਹੋ ਗਈ ਜੱਗ ਤੇ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਜਦੋਂ ਪਿਆਰ ਸੱਜਣਾ ਨਾਲ ਪਾਇਆ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਹੋ ਗਈ ਜੱਗ ਤੇ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਸੁਲਤਾਨੀ ਕਾਸਾ ਫੜ ਲਗਦਾਈ, ਰੱਖ ਉਮੀਦ ਵਿਸਾਲ ਸਜਣ ਦਾ ਕੱਟਣ ਜੋ ਬਣ ਆਈ, ਦਮ ਦਮ ਪੀਣ ਸ਼ਰਾਬ ਗਵਾ ਦੀ ਦਮਦਾ ਮਾਰ ਲਗਾਈ, ਕਦੀ ਕਦੀ ਮਸਰੂਰ ਦੀ ਬਾਤੇ ਨਾਲ ਸਫਾਈ ਕੇ, ਜਦੋਂ ਪਿਆਰ ਸਜਣਾ ਆਇਆ, ਤੇ ਲਾਲਾ ਲਾਲਾ ਹੋ ਗਈ ਜੱਗ ਤੇ, ਹੋ ਗਈ ਜੱਗ ਤੇ।
ਗਰੇ ਧਰੇ ਨਿਦਾ ਨਿਦਾ ਗਰੇ ਬਗੜੇ ਗਰੇ ਧਰੇ ਨਿਦਾ ਸਾਰੇ ਦੇ ਸਾਰੇ ਗਰੇ ਗਮਾ ਮਾ ਗਮਾ ਮਾ 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 ਰੱਬ ਨੇ ਰਾਜ ਵਿੱਚ ਤੱਕਿਆ ਦੱਸੀ ਘੜੀ ਤੇ 18 ਸਾਲ ਲੱਗੇ। ਉਹ ਇੱਕ ਘੜੀ ਰੱਬ ਨੇ 18 ਸਾਲ ਦੀ ਕਰ ਦਿੱਤੀ ਸੀ, ਕਿਉਂਕਿ ਦੱਸਦੇ ਨੇ ਕਿ ਲੋਕੀ ਸੌ ਸੌ ਕੇ ਥੱਕ ਗਏ, ਲੇਕਿਨ ਉਹ ਇੱਕ ਘੜੀ ਖਤਮ ਨਹੀਂ ਹੋਈ। ਲੇਕਿਨ ਜਦੋਂ ਹਜ਼ੂਰ ਵਾਪਸ ਆਏ 18 ਸਾਲ ਬਾਅਦ, ਉਸੇ ਤਰ੍ਹਾਂ ਬਿਸਤਰ ਗਰਮ ਸੀ ਔਰ ਕੁੰਡੀ ਹਿਲਦੀ ਸੀ। ਦੋਸਤੋ, ਇੱਕ ਹਜ਼ੂਰ ਨੂੰ ਮੰਨਣ ਵਾਲੀ ਬਹੁਤ ਜ਼ਿਆਦਾ, ਲੇਕਿਨ ਉਹਦੇ ਘਰ ਵਾਲਾ ਹਜ਼ੂਰ ਨੂੰ ਨਹੀਂ ਸੀ ਮੰਨਦਾ। ਉਹ ਕਹਿੰਦਾ ਸੀ ਇਹ ਨਹੀਂ ਹੋ ਸਕਦਾ, ਇਹ ਕਿੱਦਾਂ ਹੋ ਸਕਦਾ ਕਿ ਬਿਸਤਰ ਗਰਮ ਹੋਵੇ, ਕੁੰਡੀ ਹਿਲਦੀ ਹੋਵੇ। ਤਾਂ ਜ਼ਰਾ ਗੌਰ ਫਰਮਾਇਓ, 18 ਸਾਲ ਕਿੱਦਾਂ ਨਿਕਲ ਸਕਦੇ ਨੇ ਇੱਕ ਘੜੀ ਦੇ ਵਿੱਚ? ਤਾਂ ਇੱਕ ਦਿਨ ਉਹ ਬੰਦਾ ਮੱਛੀ ਲੈ ਕੇ ਆਇਆ ਆਪਣੇ ਘਰ ਵਾਲੀ ਕੋਲ, ਆ ਕੇ ਕਹਿਣ ਲੱਗਿਆ ਕਿਆ ਮੱਛੀ ਤਿਆਰ ਕਰਕੇ ਰੱਖ, ਮੈਂ ਹੁਣੀ ਨਹਾ ਕੇ ਆਉਣਾ। ਘੜਾ ਚੁੱਕ ਕੇ ਚਲਿਆ ਗਿਆ ਦਰਿਆ ਤੇ ਨੂੰ। ਉਹ ਕਹਿਣ ਲੱਗੀ ਕਿ ਆ ਮੇਰੇ ਹੱਥ 'ਚ ਇੱਕ ਪੋਣੀ ਹੈ, ਮੈਂ ਕਤਲਵਾਂ ਬਸ ਹੁਣੇ ਹੀ ਬਣਾਉਣੀ। ਤਾਂ ਹਜ਼ੂਰ ਜਾ ਕੇ ਦਰਿਆ ਦੇ ਵਿੱਚ ਡੁਬਕੀ ਲਗਾ ਦਿੱਤੀ। ਜਦੋਂ ਡੁਬਕੀ ਲਗਾਈ ਤਾਂ ਜਦੋਂ ਨਿਕਲਿਆ, ਹੋਰ ਹੀ ਦੁਨੀਆ, ਹੋਰ ਹੀ ਸ਼ਹਿਰ, ਹੋਰ ਹੀ ਮੁਲਕ, ਸਾਰੀ ਦੁਨੀਆ ਬਦਲੀ ਹੋਈ। ਜਦ ਆਪਣੇ ਵੱਲ ਨਿਗਾਹ ਮਾਰੀ ਤਾਂ ਇਸਤਰੀ ਬਣ ਗਿਆ, ਪੁਰਸ਼ ਤੋਂ ਔਰਤ ਬਣ ਗਿਆ। ਦੇਖਦਾ ਬੜਾ ਹੈਰਾਨ ਹੁੰਦਾ। ਉੱਥੇ ਦਾ ਬਾਦਸ਼ਾਹ ਘੋੜੇ ਤੇ ਆਇਆ, ਦੇਖਦਾ ਕਿ ਬਹੁਤ ਖੂਬਸੂਰਤ ਔਰਤ ਤਲਾਅ ਦੇ ਵਿੱਚ ਦਰਿਆ 'ਚ ਨਾ ਰਹੀ ਹੈ। ਤਾਂ ਉਹਨੇ ਇਸ਼ਾਰਾ ਕੀਤਾ ਕਿ ਬਾਹਰ ਆ। ਉਸ ਜੋ ਔਰਤ ਬਣਿਆ ਹੋਇਆ ਸੀ, ਉਹਨੇ ਇਸ਼ਾਰਾ ਕੀਤਾ ਕਿ ਮੇਰੇ ਕੋਲ ਕੋਈ ਕੱਪੜਾ ਨਹੀਂ ਹੈ, ਵਸਤਰ ਸਿੱਟ। ਉਹਨੇ ਵਸਤਰ ਦਿੱਤਾ, ਸਿੱਟਿਆ, ਵਸਤਰ ਲੈ ਕੇ ਉੱਪਰ ਬਾਹਰ ਨਿਕਲ ਗਿਆ। ਉਹਨੂੰ ਘੋੜੇ 'ਤੇ ਬਿਠਾ ਕੇ ਲੈ ਗਿਆ, ਨਾਲ ਲਿਜਾ ਕੇ ਉਹਦੇ ਨਾਲ ਸ਼ਾਦੀ ਕਰ ਲਈ। ਹਜ਼ੂਰ 18 ਸਾਲ ਉਹਦੇ ਵਸਿਆ, ਉਹਦੇ 4-5 ਬੱਚੇ ਜਣੇ। ਉਮਰ ਬੀਤਦੀ ਗਈ, 18 ਸਾਲ ਨਿਕਲ ਗਏ। 18 ਸਾਲ ਬਾਅਦ ਇੱਕ ਦਿਨ ਐਸਾ ਸੀ ਜਦੋਂ ਔਰਤਾਂ, ਉੱਥੇ ਦਾ ਤਿਉਹਾਰ ਸੀ ਕੋਈ, ਔਰਤਾਂ ਦਰਿਆ 'ਤੇ ਨਹਾਉਣ ਕਰਨ ਜਾਂਦੀਆਂ ਸੀ। ਸਾਰੀਆਂ ਕਹਿਣ ਲੱਗੀਆਂ ਕਿ ਰਾਣੀ ਸਾਹਿਬਾ ਚਲੋ ਦਰਿਆ 'ਤੇ ਚੱਲੀਏ ਨਹਾਉਣ ਕਰਨ ਵਾਸਤੇ, ਕਿ ਚਲੋ ਦਰਿਆ 'ਤੇ ਚਲੇ ਗਏ ਜਾ ਕੇ ਨਹਾਉਣ ਵਾਸਤੇ। ਜਦੋਂ ਉਸ ਰਾਣੀ ਨੇ ਦੁਬਾਰਾ ਡੁਬਕੀ ਲਗਾਈ ਤਾਂ ਉੱਥੇ ਦੁਬਾਰਾ ਨਿਕਲ ਆਇਆ 18 ਸਾਲ ਬਾਅਦ। ਕੀ ਦੇਖਦਾ? ਉਹੀ ਕੰਢਾ, ਉਹੀ ਦਰਿਆ ਹੈ, ਉਹੀ ਕੱਪੜੇ ਪਏ ਨੇ, ਘੜਾ ਪਿਆ। ਬੜਾ ਹੈਰਾਨ, ਹੱਥ ਲਗਾ ਕੇ ਦੇਖਦਾ ਆਪਣੇ ਆਪ ਨੂੰ। ਉਸੇ ਤਰ੍ਹਾਂ ਇਨਸਾਨ ਬੰਦੇ ਦੀ ਸ਼ਕਲ ਦੇ ਵਿੱਚ, ਬੜਾ ਹੈਰਾਨ, ਘੜਾ ਭਰਿਆ, ਭਰ ਕੇ ਵਾਪਸ ਆ ਗਿਆ। ਜਦ ਆਉਂਦਾ ਆ ਕੇ ਕੀ ਦੇਖਦਾ ਕਿ ਉਹਦੇ ਘਰ ਵਾਲੀ ਜਿਹੜੀ ਪੂਣੀ ਕੱਤ ਰਹੀ ਸੀ, ਉਹਦੀ ਚੂੰਡੀ ਹਜੇ ਥੋੜ੍ਹੀ ਜਿਹੀ ਉਹਦੇ ਹੱਥ 'ਚ। ਆ ਕੇ ਰੋਹ ਮਾਰਦਾ, ਕਹਿਣ ਲੱਗਿਆ ਹਜੇ ਤੱਕ ਤੂੰ ਮੱਛੀ ਤਿਆਰ ਨਹੀਂ ਕੀਤੀ? ਕਹਿਣ ਲੱਗੀ ਜੀ ਹਜੇ ਤਾਂ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਹੋਇਆ, ਇੱਕ ਪਲ ਤਾਂ ਹੋਇਆ ਗਿਆ ਨੂੰ, ਇੰਨੀ ਛੇਤੀ ਤੁਸੀਂ ਆ ਵੀ ਗਏ? ਹਜੇ ਤਾਂ ਉਹ ਜਿਹੜੀ ਮੈਂ ਪੂਣੀ ਕੱਤ ਰਹੀ ਸੀ, ਉਹਦੀ ਚੂੰਡੀ ਮੇਰੇ ਹੱਥ ਦੇ ਵਿੱਚ ਹੈ, ਉਹ ਪੂਰੀ ਵੀ ਨਹੀਂ ਹੋਈ। ਫਿਰ ਫੁੱਟ ਪਿਆ, ਕਹਿਣ ਲੱਗਿਆ ਅੱਛਾ ਤੂੰ ਕਹਿੰਦੀ ਹੈ ਪੂਣੀ ਪੂਰੀ ਨਹੀਂ ਹੋਈ, ਮੈਂ ਤਾਂ 18 ਸਾਲ ਫਲਾਂ ਫਲਾਂ ਜਗ੍ਹਾ ਇੱਦਾਂ ਇੱਦਾਂ ਰਾਣੀ ਬਣ ਕੇ ਵਸ ਕੇ ਉਸ ਬਾਦਸ਼ਾਹ ਦੇ ਬੱਚੇ ਜਣ ਕੇ ਵੀ ਵਾਪਸ ਆ ਗਿਆ, ਤੂੰ ਕਹਿੰਦੀ ਅਜੇ ਪੂਣੀ ਪੂਰੀ ਨਹੀਂ ਹੋਈ।
ਤਾਂ ਉਹ ਕਹਿਣ ਲੱਗੀ ਕਿ ਕ੍ਰਿਸ਼ਮਾ ਤੁਹਾਨੂੰ ਰੱਬ ਦੀ ਜ਼ਾਤ ਨੇ ਦਿਖਾ ਲਿਆ, ਉਹਦੇ ਪਿਆਰਿਆਂ ਦੀ ਗੱਲ ਨੂੰ ਤੁਸੀਂ ਮੰਨਦੇ ਨਹੀਂ ਨਾ ਸੀ। ਉਹ ਆਪਣੇ ਪਿਆਰਿਆਂ ਆਪਣੇ ਮਹਿਬੂਬਾਂ ਦੀ ਖਾਤਰ ਕੁਛ ਵੀ ਕਰ ਸਕਦਾ ਹੈ, ਇੱਕ ਪਲ ਨੂੰ 18 ਵਰਸ ਲੰਬੀ ਵੀ ਕਰ ਸਕਦਾ। ਉੱਥੇ ਕਿਹਾ ਖੁਸ਼ੀ ਦਿਲ ਦੀ ਦਲੀਲ ਸਾਡੀ ਰਹਿਣ ਦੇ, ਵੈਰ ਪੈਂਦਾ ਹੈ ਜ਼ਮਾਨਾ ਸਾਡੇ ਪੈਣ ਦੇ, ਥੱਕ ਜਾਂਦਾ ਪਰ ਤੁਸੀਂ ਬਖਸ਼ਦੇ ਥੱਕਦੇ ਨਾ। ਮੈਂ ਗੁਨਾਹ ਕਰਦਾ ਥੱਕ ਜਾਂਦਾ ਤੁਸੀਂ ਬਖਸ਼ਦੇ ਥੱਕਦੇ ਨਾ। ਮੇਰਾ ਲਿਖਣਾ ਗੁਨਾਹ ਵਿੱਚ ਨਾ ਮੇਰਾ ਨਿਕਲਣਾ ਗੁਲਾਮਾਂ ਵਿੱਚ ਨਾ।
दोस्तों मैं छोटा जिहा सी कई सालों की गल है साईं जी दी ओह गल याद आ गई इसे तरह महफिल लगी हुई सी सिर्फ दो हस्तियां इत्थे इदां आ सकदियां सी ओह तीजी हस्ती कोई नहीं आई सिर्फ बापू लाल बादशाह सरकार जिहड़े रिक्शे ते आउंदे सी महफिल दे विच विचाले साईं जी मत्था टेक के कहने सी कि इन्हां नूं आउण दिओ नकोदर दे बादशाह आ गए और एक बाबा अमी चंद सरकार वह भी गड्डी लैके सामने आउंदे सी महफिल दे विच जदों तिन्ने हस्तियां इकट्ठियां होईयां सी साईं लाडी शाह सरकार बाबा अमी चंद महाराज और बापू लाल बादशाह सरकार उधर महफल सी अज जो सीन याद आ गया तिन्ने हस्तियां देखो किड्डी वड्डी पावर के तीन तीन पावर इकट्ठियां एक जगह वो सीन अज याद आ गया शादी बनती है
साईं जी मेरी सरकार हर महफिल दे विच हर बार यह कलाम सुने करते सी मेरा लिख लिया गुलामा विच ना क्योंकि गुलामी का रुतबा बहुत वड्डा है छोटा मोटा रुतबा नहीं जो भी खादिम बना फिर वो मखदूम था क्यों सुनते सी क्योंकि उन्होंने वह गल्लां सुनियां होईयां सी साईं जी दस्या करते सी जो वाकया तुसी भी सुने शायद हजरत मुहम्मद रसूलुल्लाह सल्लल्लाहु अलैहि वसल्लम कमली वाले आका दा सहाबा इकराम दा वाकया एक बार दा जिक्र हजरत उमर फारूक जो कि सहाबी होए ने उन्हां दी दौरे खिलाफत आप दे बेटे और उधरों हसन हुसैन सरकार उन्हां दे नाल खुदो खुंडी खेल रहे ने हजूर हजरत हसन हुसैन और उमर फारूक दे बेटे खेल रहे ने हजरत उमर फारूक रजी अल्लाह ताला अन्हों दे बेटे ने उस खूंडी दे उपर डंडा मारिया डंडा मारिया ता गेंद दूर चली गई ता आपने फरमाया कि ऐ हुसैन उठाकर लेके आओ ता हुसैन सरकार फरमाउंदे ने कि मैं नहीं लाता तुम उठा के लेके आओ आप फरमाते ने कि नहीं ये गलत बात है आपकी वारी है आप उठा कर लेकर आओ हुसैन तकरार होगी आपस दे विच वो कहंदे ने कि तुसी उठा के लेके आओ कहंदे ने तुसी उठा के लेके आओ तकरार करदे करदे हजरत हुसैन सरकार फरमाते ने कि अरे तुम उठा के लेके आओ तुम हमारे घर के गुलाम हो सैयदां दी गुलामी जिन्हों मिल जावे होर की चाहिए तां हजूर वो रोंदे रोंदे उत्थों वापस आ गए आके अपने अब्बा नान कोल रोण लग पे उमर फारूक रजी अल्लाह ताला अन्हु को आप फरमाउंदे ने हजरत उमर कि क्या बात हुई बेटा रो क्यों रहे हो तां आप फरमाउंदे ने कि अब्बा जान हम खेल रहे थे हुसैन की बारी थी उठा के लाने की गेंद मैंने उनसे कहा वो उठाकर नहीं लेके आए उल्टा मुझे कहते हैं कि तुम उठाकर लेके आओ तुम्हारी मैं नहीं उठा के लेके आता तुम हमारे घर के गुलाम हो तो हजूर आप फरमाते ने हजरत उमर कि अच्छा बेटा उन्होंने कहा है ये बात उन्होंने कही है कि तुम हमारे घर के गुलाम हो ता कह लगे कि हाँ बजान कही है ता फरमाने ने कि जाओ बेटा दोबारा पूछ के आओ कि अगर हम तुम्हारे घर के गुलाम हैं तो क्या तुम हमें लिख कर दे सकते हो कि हम तुम्हारे घर के गुलाम हैं कि अच्छा बजान मैं अभी जाता हूं तो आप पूछते ने क्या हुसैन ये जो बात तुम कह रहे हो मेरे अब्बा ने कहा है क्या ये लिख कर दे सकते हो कि हम तुम्हारे घर के गुलाम हैं तो हुजूर आप फरमाते ने कि हाँ अभी लिख के देता हूं लाओ कागज और कलम उन्होंने कागज और कलम दे दिता उन्होंने अब्बा ने फरमाया सी कि हाँ कर दिती ता बेटा लिखवा के ले आई आपने कागज और कलम दे दिती उन्होंने उहदे उपर लिखता हुसैन सरकार ने कि तुम हमारे घर के गुलाम हो बेड़ी पार हो गई सैयदां दे दर्दी गुलामी मिल गई ता हजूर लिखवा के ले आए ता कहंदे ने अपने अब्बा जान नूं कि अब्बा जान अब तो मैं लिखवा कर भी ले आया अब उनको डांटो ना ता वो कहन लगे कि नहीं बेटा हम वाकई उनके घर के गुलाम हैं आप वसीयत कर देने के बेटा जिस वेले मैं मर जावा मेरी रूह परवाज कर जावे ता मेनू नला के कफन पहना के मेरे कफन दे विच मेरी छाती ते कागज रख दियो कि असी उन्हां दे दर्दे गुलाम ताकि मेरी बख्शिश हो जावे क्योंकि जिन्हां नूं गुलामी मिल जांदी है उन्हां दी बख्शिश हो जांदी है उत्थे लिखिया है कि दुनिया में अगर तुमने मुझे अपना बनाया है ऐ मेरे आका ऐ मेरे साईं दुनिया में अगर तुमने
मुझे अपना बनाया है, महशर में भी कह देना कि ये है मेरा दीवाना। तो ऐसे करके साई जी बार बार ये गल सुनिया करते सी कि मेरा लिखला गुलाम बचना ਸਾਰੇ ਅੰਦ ਬੋਲੀਆਂ।